ਤਾਂ ਕੀ ਹਾਲ ਚਾਲ ਹੈ ਫਿਰ ਸਾਰੇ ਜਣਿਆਂ ਦਾ? ਤਾਂ ਅੱਜ ਆਪਣੇ ਕਾਲਜ ਸੁਖਮਨੀ ਸਾਹਿਬ ਦਾ ਪਾਠ ਆ ਐਂਡ ਆਪਾਂ ਵੀ ਕੁੜਤਾ ਪਜਾਮਾ ਪਾ ਕੇ ਪੂਰੀ ਤਰ੍ਹਾਂ ਤਿਆਰ ਹੋ ਗਏ, ਲਾਲ ਪੱਗ ਬੰਨ ਲਈ ਹੈ ਅਤੇ ਹੁਣ ਮੈਂ ਚੱਲਿਆ ਕਾਲਜ ਵੱਲ ਨੂੰ। ਸਿੱਧਾ ਕਾਲਜ ਜਾਂਦੇ ਹਾਂ ਅਤੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੋ ਰਿਹਾ ਵਾ, ਉੱਥੇ ਤਿਆਰੀ ਵਗੈਰਾ ਹੋ ਗਈ ਕਿ ਨਹੀਂ ਪੂਰੀ। ਵੈਸੇ 9:15 ਹੋਇਆ, 9:30 ਉਹਨਾਂ ਕਿਹਾ ਸੀ ਕਿ ਆ ਜਿਓ, ਅਤੇ ਮੈਂ 9:30 ਵਾਲੀ ਬੱਸ ਫੜੂੰਗਾ ਅਤੇ ਅਰਾਊਂਡ 10-15 ਮਿੰਟ 'ਚ ਪਹੁੰਚੂਗਾ। ਚਲੋ ਜੀ ਪਹੁੰਚੇ ਕਾਲਜ, ਆ ਇਹਨਾਂ ਕਿ ਥੱਲੇ ਵੈਲਕਮ ਵੀ ਲਿਖਿਆ ਜੀ, ਹੋ ਗਿਆ ਵੈਲਕਮ ਆਪਣਾ। ਤਾਂ ਯਾਰ ਹੁਣ ਆਪਾਂ ਕਾਲਜ ਦੇ ਅੰਦਰ ਆ ਗਏ ਹਾਂ ਐਂਡ ਇੱਥੇ ਆਪਾਂ ਸ਼ੂਜ਼ ਵਗੈਰਾ ਲਾਉਣ ਲੱਗੇ ਹਾਂ, ਜਮ੍ਹਾਂ ਜਮ੍ਹਾਂ ਕਰਾਉਂਦੇ ਹਾਂ ਸ਼ੂਜ਼। ਤਾਂ ਯਾਰ ਜੋੜੇ ਜਮ੍ਹਾਂ ਕਰਾ ਕੇ ਹੁਣ ਆਪਾਂ ਆ ਗਏ ਹਾਂ ਅੰਦਰ, ਦੇਖਦੇ ਅੰਦਰ ਕੀ ਹਿਸਾਬ ਕਿਤਾਬ ਹੈਗੀ ਆ। ਆਹ ਵੇਖੋ ਗੁਰੂ, ਇੱਥੇ ਪਾਠ ਹੈ ਹੁਣ, ਆਏ ਥੋੜ੍ਹੀ ਦੇਰ ਬਾਅਦ ਜਦੋਂ ਵੀ ਲਿਆਉਂਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇੱਥੇ ਪਾਠ ਸ਼ੁਰੂ ਹੋਣਾ ਵਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆ ਗਏ ਨੇ ਸਾਡੇ ਕੋਲ ਜਿਹੜੇ ਹੈਗੇ ਆ, ਦੇਖਦੇ ਹਾਂ ਉੱਥੇ। ਚਲੋ ਯਾਰ ਹੁਣ ਆਪਾਂ ਇੱਧਰ ਬੂੰਦੀ ਦਾ ਨਾਮ ਕਰਾਂ, ਨਹੀਂ ਫਸਟ ਹੈਂਡ ਪੂਰਾ ਨਵਾਂ ਨਕੋਰ ਗੱਲ ਯਾਰ। ਆਪਾਂ ਤਾਂ ਚਾਹ ਪੀ ਲਈ ਬੂੰਦੀ ਦਾ ਨਾਮ ਲੈ ਕੇ ਆਉਂਦੇ, ਚੱਲਦੇ ਹਾਂ ਪਹਿਲੇ ਹਾਂ, ਥੋੜ੍ਹੀ ਦੇਰ ਪਾਠ ਸੁਣਦੇ ਹਾਂ। ਤਾਂ ਇੱਥੇ ਯਾਰ ਲੰਗਰ ਪੱਕ ਰਿਹਾ ਵਾ ਅਤੇ ਜਿੰਨੀਆਂ ਵੀ ਕੁੜੀਆਂ ਨੇ ਉਹ ਸੇਵਾ ਕਰ ਰਹੀਆਂ ਨੇ, ਮੁੰਡੇ ਵੀ ਸੇਵਾ ਕਰ ਰਹੇ, ਹਰਜਾਈ ਵੀ ਲੱਗੇ ਹੋਏ ਆ। ਫਿਲਹਾਲ ਆਪਾਂ ਚੱਲਦੇ ਹਾਂ ਅਤੇ ਉੱਥੇ ਬਹਿੰਦੇ ਹਾਂ ਪਾਠ ਵਾਲੀ ਜਗ੍ਹਾ 'ਤੇ। ਤਾਂ ਯਾਰ ਆਹ ਵੀਰ ਨੇ ਹਲੇ ਆਪਣੇ ਜੋੜੇ ਨਹੀਂ ਲਾਏ ਸੀ, ਫਿਰ ਦੁਬਾਰਾ ਆਏ ਹਾਂ ਬਾਹਰ ਜੋੜੇ ਲਵਾ ਕੇ, ਅਤੇ ਹੁਣ ਚੱਲਦੇ ਹਾਂ ਅੰਦਰ। ਪਾਠ ਸ਼ੁਰੂ ਹੋ ਗਿਆ ਵਾ ਤਾਂ ਬਹਿ ਜਾਈਏ ਹੁਣ ਥੋੜ੍ਹੀ ਦੇਰ, ਵਾਹਿਗੁਰੂ ਸਿਮਰਨ ਕਰੀਏ। ਬਿੱਲੀ ਕਿੱਥੇ ਦੇ ਗਈ? ਹਾਂ ਬਿੱਲੀ ਕੀ ਵਾਲੀ ਲੈ ਲਿਆ ਉਹ ਜੂਮ, ਤਕੜਾ ਜੂਮ ਇਹਦਾ ਲੈ ਪਾ ਲੱਗ ਗਿਆ ਆਪਣੇ ਹੁਣ ਵਧੀਆ। ਚਲੋ ਯਾਰ ਚੱਲੀਏ ਅੰਦਰ। ਤਾਂ ਯਾਰ ਹੁਣ ਪਾਠ ਸ਼ੁਰੂ ਹੋ ਚੁੱਕਾ, ਸਾਰੀ ਸੰਗਤ ਬੈਠ ਚੁੱਕੀ ਆ। ਪੂਰੀ ਐਂਡ ਕਰਾਉਂਦਾ ਵੀਰ ਆਪਣਾ, ਤੇ ਤੁਸੀਂ ਵੀ ਵੇਖਿਆ ਕਰੋ ਵੀਰ ਦੇ ਵਲੌਗ, ਐਂਡ ਕਰਾਈਏ ਵੀਰ ਨੇ ਪੂਰੀ ਦੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਵੇਂ ਨਵੇਂ ਵਲੌਗ ਵੇਖਣ ਨੂੰ ਮਿਲਿਆ ਕਰਨਗੇ। ਹਾਂ ਮੱਥਾ ਆਪਾਂ ਟੇਕ ਲਿਆ ਵਾ ਅਤੇ ਹੁਣ ਆਪਾਂ ਪ੍ਰਸ਼ਾਦੇ ਦੀ ਤਿਆਰੀ ਹੋ ਰਹੀ ਆ ਅਤੇ ਭੁੱਖ ਲੱਗੀ ਜਾਂਦੀ ਆ। ਬਾਕੀ ਆਹ ਚੈੱਕ ਕਰੋ, ਇੱਥੇ ਲਾਇਆ ਹਲਵਾਈ ਅਤੇ ਇੱਥੇ ਬਣਦੀਆਂ ਜਲੇਬੀਆਂ, ਜਿਹੜੀਆਂ ਮੇਨ ਚੀਜ਼ਾਂ ਖਾਣ ਵਾਲੀਆਂ ਜਲੇਬੀਆਂ ਦਾ ਕੰਮ ਵੇਖਣ ਕਿੰਨੇ ਜਣੇ ਲੈ ਜਲੇਬੀਆਂ ਵੇਖਣ ਵਾਲੇ ਵੀ ਕਿੰਨੇ ਬੜੇ ਇਕੱਠੇ ਹੋਏ ਆ ਜਲੇਬੀਆਂ ਬਣਾਉਣ ਵਾਲੇ। ਹਾਂ ਜਲੇਬੀਆਂ ਬਣਾਉਂਦੇ ਆ, ਉਹ ਚਾਚੀ ਲਈ ਪਿਛਲੀ ਵਾਲੇ ਬੰਦੇ ਰੱਖੇ ਆ ਹੁਣ ਜਲੇਬੀਆਂ ਬਣਾਉਂਦੇ ਆ। ਹਾਂ ਦੇਖੋ ਗੁਰੂ, ਇੰਨੀਆਂ ਜਲੇਬੀਆਂ ਬਣ ਗਈਆਂ, ਲੈਮ ਸਿਰ ਲੱਗ ਰਹੀਆਂ, ਅਮੀਰ ਹੋਣੀ ਲਾ ਰਹੇ ਆ, ਜਲੇਬੀਆਂ ਪੂਰਾ ਜੂਮ ਕਰਕੇ ਮੈਂ ਨਾ ਇੱਕ ਮੈਂ ਨਾ ਆਹ ਲੋ ਜੀ ਜਲੇਬੀਆਂ ਜਲੇਬੀਆਂ ਕਰਦੇ ਆ। ਆਹ ਵੀਰ ਹੋਣੀ ਸੌਂਫ ਕੋਈ ਨਾ, ਅੱਛਾ ਡਾਈਜੈਸਟਿਵ ਸਿਸਟਮ ਲਈ ਹੁੰਦਾ ਇਹ ਪਿਛਲੀ ਵਾਰੀ ਵਾਲਾ ਕੰਮ ਕਰੀ ਜਾਂਦਾ ਸੌਂਫ ਲਈ ਜਾਂਦੇ ਆਪਣੀ ਡਿਊਟੀ ਇਹ ਹੁੰਦੀ ਆ ਯਾਰੀ ਗੁਰੂਆ ਚਮਕ। ਬਾਕੀ ਯਾਰ ਹੁਣ ਨਾ ਮੈਂ ਵੇਖਣਾ ਜਿੰਨੀ ਵਾਰੀ ਵੀ ਨਾ ਸੁਰਾਜ ਲਿਆਇਆ ਨਾ ਭਰਨਾ ਮੇਰੇ ਕੰਮ ਹੀ ਹੈ, ਯੂਥ ਫੈਸਟੀਵਲ 'ਚ ਵੀ ਮੈਂ ਪਾ ਲਿਆ, ਹੁਣ ਵੀ ਮੈਂ ਪਾ ਲਿਆ। ਬਾਕੀ ਇੱਥੇ ਥੋੜ੍ਹੀ ਦੇਰ ਬੈਠੇ ਹਾਂ ਅਤੇ ਪਾਠ ਚੱਲਦਾ, ਤੁਹਾਡੇ ਬਸ ਥੋੜ੍ਹੀ ਦੇਰ ਅਰਦਾਸ ਸ਼ੁਰੂ ਹੋ ਜਾਣੀ ਆ ਅਤੇ ਫਿਰ ਚੱਲਦੇ ਹਾਂ ਆਪਾਂ ਅੰਦਰ। ਇੱਥੇ ਹੁਣ ਅਰਦਾਸ ਹੋਣਦੀ ਵੀਰ ਜੀ ਸਾਰਿਆਂ ਨੂੰ ਮੈਂ ਕਹਿੰਦਾ ਕਿ ਸਬਸਕ੍ਰਾਈਬ ਸਬਸਕ੍ਰਾਈਬ। ਤੇ ਯਾਰ ਸਾਡਾ ਇੱਕੋ ਕੰਮ ਹੈ ਨਾ, ਜਿਹੜਾ ਬੰਦਾ ਉਹਨੂੰ ਮਿਲਣ ਦੇਣਾ, ਹੁਣ ਜ਼ਬਰਦਸਤੀ ਫੜ ਕੇ ਕਹਿੰਦੇ ਕਿ ਸਾਡੇ ਕਹਿ ਕੇ ਸਬਸਕ੍ਰਾਈਬ ਕਰ, ਠੀਕ ਹੈ ਇਹ ਸਾਡਾ ਵਧੀਆ ਕੰਮ ਹੈ। ਬਾਕੀ ਹੁਣ ਇੱਥੇ ਕੁਛ ਕਵਰ ਹੋ ਗਿਆ, ਕਲੀਅਰ ਹੋ ਗਿਆ ਪਿੱਛੇ ਦੇਖ ਲਓ, ਅਤੇ ਬਸ ਪਾਠ ਹੋ ਗਿਆ ਵਾ, ਹੁਣ ਲੰਗਰ ਦੀ ਤਿਆਰੀ ਆ। ਇੱਥੇ ਫਿਰ ਹੁਣ ਥਾਲੀਆਂ ਲੈ ਆਏ ਆ ਅਤੇ ਪੰਗਤ ਲੱਗ ਗਈ ਆ, ਸੇਵਾ ਹੁੰਦੀ ਆ ਅਤੇ ਬਸ ਲੰਗਰ ਚਾਲੂ ਹੋ ਗਿਆ ਵਾ।
यार हुण असीं इत्थे ना फोटो फोटो खिंचणे आ, दो चार ते हुण असीं चले आ लंगर छकण। थोड़ी भुख भी लग गई है, किन्ना टाइम किन्ना हो गया, ओ साढ़े पौने एक ही हो गया, कहो पौने एक हो गया, तो आप चलते हैं लंगर छकण फटाफट। हुण तो अज ने छोले की सब्जी तो नाल वैसे दाल भी हैगी है, ठीक है, तो नाल जलेबियां वगैरह हो गया, मैं खाना हूँ। बाकी यार मैंने लगता किसी ना किसी दिन जलेबियां मैं लैके पैणगियां, मैं जलेबियां चक्कर गुरा ज़्यादा ही ढिड भर गया अज, तो तुरना औखा हो गया, इन जलेबियां खा लिया मैं हूँ। यार उत्ते आए हैं अपने कॉलेज के, अज उत्ते कुछ नहीं है ना, क्लासा ना बंदे वधिया है, यह थोड़ा तुरते फिरते हैं थोड़ा हूँ ढेड हौला हो। चलो यार हूँ समाप्ति हो गई है, बस जोड़े पा के घरों निकलते हैं अपना। तो यार हूँ उन्हें पूरा समागम खत्म हो गया वा, तो आप बाह गए बस कॉलेज तो बाहर, तो बस का वेट करते हैं, तो फिर चलते घर में। वीडियो बनानी है, बुलेट आनी है अगे पिछले, बुलेट नहीं जीता जो वीडियो बना के बुलेट आजगा। चलो हम घर में चलते हैं फटाफट फिर। आहो पड़ता नहीं सारे कट्ठे, पड़ता नहीं सारे इन्हें कट्ठे हो गया, बस आ गई है, ये रुकूगा चढ़ता कि नहीं रुकूगा फिर देखी जाओ की होंगे। तो चलो यार हूँ आप पहुँच चले घर, एंड घर पहुँचना सब तो पहले जिन्हें जिन्हें फोटो खिंचिया सारिया एडिट करते हैं, जिन्हें जिदे है उन्होंने सेंड करते हैं, फिर आराम ना बवेंगे, एंड इन चार्ज करके ना अज मैं सोचना गेम थोड़ी होर खेडा, एंड मेरी वो बेचारी आई डी चली नहीं पुरानी वाली, उत्ते हले टाइम लगना वा वो बंद हो गई है, हम चलो उन्होंने चालू करा हफ्ते बाद, फिर उत्ते पबजी खेड करा मजे आने फिलहाल घर जाना फोटो एडिट करता सारे जने। तो यार हूँ ना आप थोड़ी देर ना पबजी का मैच वगैरह लगाने, तो बैटरी हो गई 44, तो आप जाके इन्होंने फटाफट चार्ज करा कर, ज़्यादा लूण आ जाए चार्ज ला के फिर एडिट वगैरह करा। तो यार हमने हमने मैं थले आया, तो सानू आ गया एक ब्याह का कार्ड, एंड आ गया डब्बा जिद कि रसगुल्ले एंड गुलाब जामुन, चलो बाद चाह ना खाने स्वाद स्वाद। तो यार हूँ ना आप गुलाब जामुन वगैरह खा के आ गए उत्ते, एंड जिदे जिदे फोटो जिदियाँ खिंचिया मैं उन्होंने सारे ने एडिट करके सेंड करते हैं, वीडियो तो वीडियो ऑडियो फोटो तो फोटो सारा कुछ सेंड सुंड करता है। हूँ आप बहने थोड़ी देर पढ़ वगैरह भी लेने एक दो क्वेश्चन, क्योंकि सोमवार दो टेस्ट है अपने कट्ठे, एक इंग्लिश का एक कमर्शियल लॉ का वा, थोड़ा पढ़ भी लिया जाए होना। तो यार हूँ ना यार रात हो गई, तो मैंने चेता है कि मेरा तो नहाने वाला साबण ही खत्म होया पाया वा, तो हूँ मैं चलिया साबण लैन, एंड मम्मी ने नाल दसता कि एक सर्फ भी लिया, तो सर्फ भी लै आना वा, और वैसे घर साबण है तो है पर ना वो मैं सूट ज नहीं करता, जो वर्ती ना उ सूट करता, मैं वो लैके आना हूँ। हूँ आप साबण लै आए हैं पूरा पैक जी चक लिया वा सर्फ एक्सल तो साबण का, वो कला कला नहीं मैं मज़ा आता, कट्ठा लैके चलो मुड़के दो महीने बाद चेता भी कोई लिया।